ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਤੁਹਾਡੇ? ਤੁਹਾਡਾ ਸਵਾਗਤ ਹੈ ਸਾਡੇ ਚੈਨਲ ਵਿੱਚ। ਅਤੇ ਅੱਜ ਅਸੀਂ ਜਾ ਰਹੇ ਹਾਂ ਜੀ ਗੁਰਦੁਆਰਾ ਸ਼੍ਰੀ ਨਾਢਾ ਸਾਹਿਬ, ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ। ਅਤੇ ਅਸੀਂ ਨਿਕਲ ਰਹੇ ਹਾਂ, ਰਾਤ ਨੂੰ 7 ਵਜੇ ਦਾ ਟਾਈਮ ਹੈ ਅਤੇ ਕੁਝ ਕਰੀਬਨ ਇੰਨਾ ਕੁ ਟਾਈਮ ਹੈ। ਅਤੇ ਰਾਹ 'ਚ ਇੱਕ ਆਪਣਾ ਦੋਸਤ ਨੂੰ ਵੀ ਅਸੀਂ ਨਾਲ ਲੈ ਕੇ ਜਾਣਾ, ਰਾਹ 'ਚੋਂ ਚੱਕਣਾ ਉਹਨੂੰ ਵੀ। ਅਤੇ ਦੋ ਕੁ ਬੰਦੇ ਆਪਣੇ ਨਾਲ ਉੱਥੋਂ ਹੀ ਜਾ ਰਹੇ ਹੈ ਅਤੇ ਦਿਖਾਉਂਦੇ ਹਾਂ ਜੀ ਤੁਹਾਨੂੰ, ਮਿਲਦੇ ਹਾਂ ਅੱਗੇ। ਗੱਲ ਐਵੇਂ ਹੈ ਜੀ, ਹੁਣ ਆ ਗਈਆਂ ਗਰਮੀਆਂ, ਸਾਨੂੰ ਬੜੀ ਰਾਤ ਨੂੰ ਨਿਕਲਣਾ ਪਏ ਕਰਨਾ ਠੰਡੇ ਠੰਡੇ 'ਚ। ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਜੀ, ਅਸੀਂ ਚੱਲਦੇ ਹਾਂ। ਬਾਕੀ ਸਾਡਾ ਦੋਸਤ ਰਾਜ ਮਿਲੂਗਾ ਇੱਕ, ਉਹ ਵੀ ਦਿਖਾਉਂਦੇ ਤੁਹਾਨੂੰ। ਠੰਡ ਦੇ ਮੌਸਮ 'ਚ ਘੁੰਮ ਰਹੇ ਹਾਂ, ਇਹ ਗਰਮੀ 'ਚ ਰਾਤ ਨੂੰ ਨਿਕਲਣ ਦਾ ਫਾਇਦਾ ਹੈ ਅਤੇ ਇਸੇ ਕਰਕੇ ਅਸੀਂ ਨਿਕਲੇ ਹਾਂ। ਹੁਣ ਲੱਗ ਰਿਹਾ ਵੀ ਠੰਡ 'ਚ ਘੁੰਮ ਰਹੇ ਹੈ। ਆ ਜਾ ਰਹੇ ਜੀ ਆਪਣਾ ਸਿੱਧਾ ਜਵਾ ਜੀ, ਹਾਂ ਹਰਿਆਣੇ ਦਾ ਇਹ ਕਹਿੰਦਾ ਵੀ ਇੱਧਰ ਬਾਈ ਮਾਸਕ ਵਾਲਾ ਜ਼ਿਆਦਾ ਰੌਲਾ ਹੈ ਅਤੇ ਹੁਣ ਬਿਨਾਂ ਮਾਸਕ ਤੋਂ ਰਹਿਣਾ ਹਿੱਲ ਗਏ ਸੀਗੇ ਅਸੀਂ ਮਾਸਕ ਲਿਆਏ ਆ ਹੁਣੇ ਲੈ ਕੇ ਨਹੀਂ ਆਇਆ ਪੰਗਾ ਇਹ ਪੈ ਗਿਆ ਹੁਣੇ ਬਾਈ ਹਰਿਆਣੇ ਦਾ ਇਹ ਕਹਿੰਦਾ ਵੀ ਇੱਧਰ
आह जिहड़ा गुरद्वारा साहब आ रहा है जी, यह गुरद्वारा साहब का नाम गुरद्वारा कूणी साहब है। तो इत्थे श्री गुरु गोबिंद सिंह जी महाराज दसवें पातशाह जी ने कुछ समय तपस्या की सी जी। चलो चलो ले
ਲੋਈ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਇਹ ਪਿੱਛੇ ਦੇਖੋ ਤੇ ਪਾਰਕਿੰਗ ਚਲਾ ਦੇ ਅਸੀਂ ਬਾਈਕ ਚੱਲੀਏ ਜੀ देख लो जी रात के 8:40 हो गए ने ऑलमोस्ट 9 बजने वाले ने ते इस टाइम भी उरे पूरी संगत है ते गड्डियां तुसी देख लो कितनी खड़ियां गुरुद्वारा साहब पातशाही दसवीं नाडा साहब आ जी गुरु गोबिंद सिंह जी दसवें पातशाही का गुरुद्वारा साहब है ते इतिहासिक गुरुद्वारा साहब है ਲੋਈ ਜਿਵੇਂ ਸਾਰੇ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਦੁਕਾਨਾਂ ਹੁੰਦੀਆਂ ਉਵੇਂ ਉਰੇ ਵੀ ਨੇ ਬੜੀਆਂ ਬਹੁਤ ਅਤੇ ਅਤੇ ਜੀ ਅਸੀਂ ਹੁਣ 9 ਵੱਜ ਗਏ ਨੇ 9 ਤੋਂ ਥੋੜ੍ਹਾ ਜਿਹਾ ਉੱਪਰ ਟਾਈਮ ਹੋ ਗਿਆ ਅਤੇ ਹਲੇ ਵੀ ਸੰਗਤ ਆਈ ਹੈ ਜੀ ਆਹ ਬੱਸ 'ਚ ਆਹ ਜਿਹੜੀ ਬੱਸ ਤੁਹਾਨੂੰ ਦਿਖ ਰਹੀ ਹੈ ਅਤੇ ਉਰੇ ਸੰਗਤ ਜੀ ਆਉਂਦੀ ਰਹਿੰਦੀ ਹੈ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਇਹ ਲਓ ਜੀ ਇਹ ਕੜਾ ਲਿਆ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਜੀ ਅਤੇ ਦਰਸ਼ਨ ਦਿਦਾਰੇ ਹੋ ਗਏ ਅਸੀਂ ਇਹ ਕੜਾ ਖਰੀਦਿਆ ਬਾਕੀ ਜੀ ਹੁਣ ਚੱਕਦੇ ਆਪਣੇ ਵਾਹਨ ਅਤੇ ਚੱਲੀਏ ਜੀ ਰਾਤ ਵੈਸੇ ਇੰਨੀ ਹੋਈ ਨਹੀਂ ਹੈ ਫਿਰ ਵੀ ਅਸੀਂ ਚੱਲੀਏ ਕਿਉਂਕਿ ਅਸੀਂ ਚੰਡੀਗੜ੍ਹ ਜਾਣਾ ਇਹ ਬੰਦੇ ਹਰਿਆਣੇ ਦੇ ਆ ਜੀ ਤੇ ਇਹਦਾ ਆਪਣੇ ਨਾਲ ਦੇ ਇਹ ਉੱਤਰਾਖੰਡ ਦਾ ਜੀ ਪਰ ਰਹਿੰਦਾ ਸਾਡੇ ਕੋਲ ਚੰਡੀਗੜ੍ਹ ਉੱਥੇ ਹੀ ਹੈ ਅਤੇ ਜੀ ਗੁਰਦੁਆਰਾ ਸਾਹਿਬ ਵਧੀਆ ਕਰਿਆ ਜੀ ਅਸੀਂ ਊਂ ਵੀ ਘੁੰਮਦੇ ਹੀ ਰਹਿੰਦੇ ਹਾਂ ਇਸ ਟਾਈਮ ਅਤੇ ਅੱਜ ਕਿਸੇ ਚੰਗੇ ਸਥਾਨ ਦੀ ਹਾਜ਼ਰੀ ਭਰੀ ਹੈ ਅਤੇ ਦਰਸ਼ਨ ਦਾਰੇ ਹੋ ਗਏ ਇਸ ਟਾਈਮ ਜੀ ਸੁਖ ਆਸਣ ਹੋ ਗਿਆ ਸੀਗਾ ਪਰ ਅਸੀਂ ਫਿਰ ਵੀ ਜਿਹੜੇ ਅਖੰਡ ਪਾਠ ਸਾਹਿਬ ਰੱਖੇ ਹੁੰਦੇ ਹੈ ਅਤੇ ਉੱਥੇ ਅਸੀਂ ਮਹਾਰਾਜ ਨੂੰ ਦਰਸ਼ਨ ਦਾਰੇ ਕਰਕੇ ਮੱਥਾ ਟੇਕ ਕੇ ਆ ਗਏ ਜੀ ਅਤੇ ਸ਼ੁਕਰ ਹੈ ਜੀ ਲੋਹੀ ਵਰਿੰਦਰ ਦੀ ਅਸੀਂ ਡਿਊਟੀ ਲਾ ਦੀ ਹੁਣ ਚਲਾਊਗਾ ਜੀ ਇਹ ਮੋਟਰਸਾਈਕਲ ਫੜਦਾ ਚਾਬੀ ਮਿੱਤਰਾ ਅਸੀਂ ਮਾੜਾ ਮੋਟਾ ਸ਼ੋਟ ਸ਼ੂਟ ਲੈ ਲਈਏ ਅਤੇ ਇਹ ਆਪਣੇ ਬਾਈਕ 'ਤੇ ਅਸੀਂ ਆਪਣੇ ਚਲੋ ਜੀ ਚੱਲੀਏ ਦੇਖ ਲਓ ਇਸ ਟਾਈਮ ਵੀ ਗੁਰਦੁਆਰਾ ਸਾਹਿਬ ਕਾਫੀ ਗੱਡੀਆਂ ਖੜੀਆਂ ਅਤੇ ਚਲੋ ਜੀ ਚੱਲੀਏ ਇਹਦਾ ਮੋਟਰਸਾਈਕਲ ਨਹੀਂ ਸਟਾਰਟ ਹੋ ਰਿਹਾ ਉਹ ਹੋ ਗਿਆ ਹੋ ਗਿਆ ਹੋ ਗਿਆ ਬੱਲੇ ਬੱਲੇ ਮੈਨੂੰ ਲੱਗਿਆ ਕਿਤੇ ਕੋਈ ਪ੍ਰੋਬਲਮ ਆ ਗਈ ਚੱਲੀਏ ਜੀ ਚਲੋ ਵੀਰਿਓ ਮਹਾਰਾਜ ਗੁਸਤਾਫੀ ਮਾਂ ਸਾਨੂੰ ਸਮਤ ਬਖਸ਼ਿਓ ਲਓ ਜੀ ਇਹ ਨਵੀਂ ਬਿਲਡਿੰਗ ਤਿਆਰ ਹੋ ਰਹੀ ਹੈ ਗੁਰਦੁਆਰਾ ਸਾਹਿਬ ਦੀ ਹੈ ਇਹ ਬਿਲਡਿੰਗ ਵੀ ਜੀ ਗੁਰਦੁਆਰਾ ਸਾਹਿਬ ਦੀ ਸੁਣਨੇ 'ਚ ਆਈ ਹੈ ਬਾਕੀ ਸਾਨੂੰ ਕਲੀਅਰ ਨਹੀਂ ਹੈ ਜੀ ਅਸੀਂ ਇਸਦਾ ਕੋਈ ਦਾਅਵਾ ਨਹੀਂ ਕਰਦੇ ਗੁਰਦੁਆਰਾ ਸਾਹਿਬ ਦੀ ਹੈ ਜੇ ਹੈ ਤਾਂ ਬਹੁਤ ਵਧੀਆ ਗੱਲ ਹੈ ਵੈ ਗੁਰਦੁਆਰਾ ਸਾਹਿਬ ਦੀ ਲੱਗ ਰਹੀ ਕਿਉਂਕਿ ਇਹ ਪਾਰਕਿੰਗ ਟਾਈਪ ਕੁਛ ਇਹਨਾਂ ਨੇ ਰੈਂਪ ਬਣਾਏ ਹੋਏ ਨੇ ਅਤੇ ਵਧੀਆ ਹੈ ਜੀ ਗੇਟ ਤਾਂ ਬੰਦ ਹੈ
बंद हो गया मुड़े नू बस मुड़े नू खड़ा लै लो ही गल एवें है कूणी साहब गुरुद्वारा साहब तो हो गया बंद क्योंकि असी लेट है अभी तो रात में निकले सके तो फिर किसी दिन थानू जरूर दर्शन कराऊंगे जी इस अस्थान के ये अस्थान के भी थानू दर्शन कराऊंगे ये भी गुरुद्वारा कूणी साहब जी गुरु महाराज गुरु गोबिंद सिंह जी के महाराज अस्थान है ये इत्थे ये भी इतिहासिक अस्थान है सानू किसी दिन जे हो सकया तो जरूर दिखावांगे ठीक है चलो चलिए घरे जिहड़ा ही गुरुद्वारा नाडा साहब है ये हरियाणे के एरिए पैंदा है तो जिहड़ा हरियाणे का एरिया ये सब तो एवें है चंडीगढ़ के ना बिल्कुल नेड़े ही है जिवें हरियाणा तो पंजाब कोई ज़्यादा डिस्टेंस नहीं है 10 मिनट के अंदर असं हरियाणे पहुँच जाते हैं तो इन्ना के सानू टाइम पंजाब च एंटर करने लगता तो साढ़े तो ज़्यादा दूर भी नहीं है तो असी इस करके रात में निकले सी गई बाकी राह बथेरी मिलगी एवें नहीं भी ज़्यादा ही मिलगी सुनसान एरिया है ठीक सीगा असी दर्शन दीदारे करके आए महाराज दे ठीक है जी ये ब्लॉग की इत्थे ही समाप्ति करते हैं मिलते हैं अगले ब्लॉग च तद तक लई सत श्री अकाल पर रात को ठंड भी हैगी है।